ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਹਰੀ ਸਾਹਿਬ ਸਿੰਘ ਜੀ, ਅੱਜ ਮੈਂ ਤੁਹਾਨੂੰ ਲਾਈਵ ਦਰਸ਼ਨ ਕਰਾ ਰਿਹਾ। ਦੇਖੋ ਸਾਰਾ ਗੜੀ ਇਤਿਹਾਸ 'ਚ ਤੁਸੀਂ ਸਭ ਨੇ ਇੱਕ ਇਤਿਹਾਸਿਕ ਸਟੋਰੀ ਹੈ, ਸਭ ਨੇ ਸੁਣੀ ਤਾਂ ਜ਼ਰੂਰ ਹੈ, ਲੇਕਿਨ ਇਹ ਸਥਾਨ ਤੁਸੀਂ ਬਰਾਏ ਰਾਸਤ ਮੈਂ ਤੁਹਾਨੂੰ ਦਿਖਾਉਂਦਿਆਂ ਵਾਂ। ਇਹ ਪਾਕਿਸਤਾਨ 'ਚ ਸਥਾਨ ਵਾਕਿਆ ਹੈ, ਜਿਹੜਾ ਇੱਕ ਖੈਬਰ ਪਖਤੂਨਖਵਾ ਦੇ ਛੋਟੇ ਜਿਹੇ ਜ਼ਿਲ੍ਹਾ ਹਾਂਗੂ ਵਿੱਚ ਵਾਕਿਆ ਹੈ। ਅਤੇ ਇਹ ਜੀ ਸਾਰਾ ਗੜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਤੁਸੀਂ ਦੇਖ ਰਹੇ ਹੋ ਸਾਹਮਣੇ, ਇਹ ਸਾਰੀ ਸਾਰਾ ਗੜੀ ਹੈ 1897 'ਚ, ਜਿੱਥੇ ਸਾਡੇ 21 ਸਿੰਘਾਂ ਨੇ ਕੋਈ 12,000 ਅਫਗਾਨੀਆਂ ਨਾਲ ਡਟ ਕੇ ਮੁਕਾਬਲਾ ਕੀਤਾ ਸੀ। ਅਤੇ ਇਹ ਉਹ ਮੇਰੇ 21 ਵੀਰਾਂ ਦਾ ਸ਼ਹਾਦਤ ਦਾ ਜਿੱਥੇ ਪਾਈ ਸੀ, ਮੇਰੇ ਵੀਰਾਂ ਨੇ ਸ਼ਹਾਦਤ ਪਾਈ ਸੀ, ਇਹ ਉਹ ਸਥਾਨ ਹੈ। ਬਰਫਬਾਰੀ ਵੀ ਹੋਈ ਹੈ ਅਤੇ ਬਹੁਤ ਹੀ ਠੰਡ ਹੈ। ਮੈਂ ਕਾਫੀ ਹੁਣ ਹਾਈਟ 'ਤੇ ਖੜ੍ਹਾ, ਤਕਰੀਬਨ ਕੋਈ 7,000 ਫਿੱਟ ਬੁਲੰਦੀ ਦੀ ਹਾਈਟ 'ਤੇ, ਅਤੇ ਬਹੁਤ ਕਾਫੀ ਠੰਡੀ ਹਵਾ ਵੀ ਚੱਲ ਰਹੀ ਹੈ। ਸਾਹਿਬ ਜੀ, ਮੈਂ ਤੁਹਾਨੂੰ ਦਰਸ਼ਨ ਕਰਾਵਾਂ ਉਸ ਸਥਾਨ 'ਤੇ ਜਿੱਥੇ ਅੱਜ ਵੀ ਮੇਰੇ 21 ਵੀਰਾਂ ਦਾ ਸ਼ਹਾਦਤ ਦਾ ਇੱਕ ਮੀਨਾਰ ਬਣਾਇਆ ਗਿਆ ਹੈ। ਇਹ ਤੁਹਾਨੂੰ ਮੈਂ ਦਰਸ਼ਨ ਕਰਾ ਰਿਹਾ ਹਾਂ। ਇਹ ਦੇਖੋ ਜੀ, ਇਹ ਮੇਰੇ 21 ਵੀਰਾਂ ਦੇ ਨਾਮ ਪਲੇਟ ਜਿਹੜੇ ਬ੍ਰਿਟਿਸ਼ ਦੌਰ ਦੇ ਟਾਈਮ 'ਤੇ ਲਿਖਾਏ ਗਏ ਸਨ। ਦੇਖ ਰਹੇ ਹੋ ਅੱਜ ਵੀ ਉਹ, ਇਹ ਤੁਸੀਂ ਦੇਖ ਰਹੇ ਹੋ ਅੱਜ ਵੀ ਉਹ ਮੀਨਾਰ ਉਸੇ ਤਰ੍ਹਾਂ ਕਾਇਮ ਦਾਇਮ ਹੈ। ਅਤੇ ਮੈਂ ਗੌਰਮੈਂਟ ਪਾਕਿਸਤਾਨ ਅਤੇ ਆਪਣੀ ਪਾਕ ਆਰਮੀ ਦੇ ਤਹਿ ਦਿਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਵੀ ਉਹਨਾਂ ਨੇ ਉਸੇ ਤਰ੍ਹਾਂ ਸਾਡੇ ਮਹਾਨ ਸ਼ਹੀਦਾਂ ਦੇ ਅਸਥਾਨਾਂ ਨੂੰ ਕਾਇਮ ਦਾਇਮ ਰੱਖਿਆ ਹੈ, ਜ਼ਰਾ ਵੀ ਖਰਾ ਚਾਣ ਨਹੀਂ ਦਿੱਤੀ। ਦੇਖ ਰਹੇ ਹੋ ਅੱਜ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਸ਼ਾਇਦ ਪੱਥਰ ਹੋਣ ਲਗਾਏ ਗਏ ਹੋਣ, ਉਸੇ ਤਰ੍ਹਾਂ ਸਾਫ਼ ਸੁਥਰੇ ਤੁਸੀਂ ਦੇਖ ਰਹੇ ਹੋ। ਆਓ ਮੈਂ ਤੁਹਾਨੂੰ ਇਹਦਾ ਬੈਕ ਸਾਈਡ ਦਿਖਾਵਾਂ। ਇਹ ਉਹ ਮੀਨਾਰ ਹੈ, ਇਹ ਦੇਖ ਰਹੇ ਹੋ, ਅੱਜ ਵੀ ਮੈਂ ਤੁਹਾਨੂੰ ਦਿਖਾਵਾਂ। ਇਹ ਦੇਖੋ, ਇੱਥੇ ਸ਼ਾਇਦ ਇੱਕ ਮੇਰੇ ਖਿਆਲ ਮੈਂ ਇੱਕ ਹੋਰ ਸਲੇ ਨੇਮ ਪਲੇਟ ਸੀ, ਸ਼ਾਇਦ ਉਹ ਕਾਫੀ ਡੈਮੇਜ ਹੋ ਚੁੱਕੀ ਸੀ। ਇਹ ਦੇਖ ਰਹੇ ਹੋ ਅੱਜ ਵੀ ਉਸ ਬ੍ਰਿਟਿਸ਼ ਦੌਰ ਦੇ ਟਾਈਮ ਦੇ ਉਸ ਲੱਕੜ ਲਗਾਈ ਗਈ ਸੀ, ਅੱਜ ਵੀ ਉਸੇ ਤਰ੍ਹਾਂ ਕਾਇਮ ਦਾਇਮ ਹੈ। ਇਹ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬ ਸੰਗਤ ਜੀ, ਇਹ ਬੈਕ ਸਾਈਡ ਹੈ ਸਾਰਾ ਗੜੀ ਦੀ। ਇਹਦੇ ਚਾਰੋਂ ਤਰਫ ਇੱਕ ਹੀ ਨਾਮ ਪਲੇਟ ਲੱਗੀ ਸੀ, ਲੇਕਿਨ ਦੂਸਰੀ ਸਾਈਡ 'ਤੇ ਵੀ ਲਗਾਈ ਗਈ ਸੀ, ਸ਼ਾਇਦ ਮੇਰੇ ਖਿਆਲ ਮੈਂ ਇਹ ਡੈਮੇਜ ਹੋ ਗਈਆਂ ਸਾਂ। ਅਤੇ ਇਹ ਤੁਸੀਂ ਦੇਖ ਰਹੇ ਹੋ ਇਹ ਸਾਰੇ ਸਾਰਾ ਗੜੀ ਹੈ। ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ ਅੱਜ ਕਿ ਇਸ ਮਹਾਨ ਸਥਾਨ 'ਤੇ ਪਹੁੰਚੇ ਹਾਂ, ਕਿਉਂਕਿ ਸਾਡਾ ਤਾਲੁਕ ਹੀ ਇਸ ਹੰਗੂ ਜ਼ਿਲ੍ਹੇ ਨਾਲ ਹੈ ਅਤੇ ਅਸੀਂ ਇੱਥੇ ਦੇ ਰਹਿਣ ਵਾਲੇ ਹਾਂ। ਅਤੇ ਅਸੀਂ ਖੋਜ ਕਰਦੇ ਕਰਦੇ ਅੱਜ ਮੈਂ ਇਸ ਖੋਜ 'ਤੇ ਸਥਾਨ 'ਤੇ ਪਹੁੰਚਿਆ। ਕਾਫੀ ਅਰਸੇ ਤੋਂ ਮੈਂ ਸਟਰਗਲ ਵਿੱਚ ਸਾਂ, ਨਾਮ 'ਤੇ ਸੁਣਿਆ ਸੀ ਅਸੀਂ ਸਾਰਾ ਗੜੀ, ਲੇਕਿਨ ਸਾਨੂੰ ਇਸ ਮਹਾਨ ਸਥਾਨ ਦਾ ਸਹੀ ਪਤਾ ਨਹੀਂ ਸੀ ਕਿ ਇਹ ਹੀ ਸਥਾਨ ਹੈ ਉਹ, ਲੇਕਿਨ ਅੱਜ ਮੇਰੀ ਕਾਫੀ ਖੋਜ ਦਿਨ ਤੱਕ ਮਿਹਨਤ ਤੋਂ ਬਾਅਦ ਮੈਂ ਇੱਥੇ ਪਹੁੰਚਿਆ ਹਾਂ ਅਤੇ ਮੈਂ ਸੰਗਤਾਂ ਨੂੰ ਲਾਈਵ ਦਰਸ਼ਨ ਕਰਾ ਰਿਹਾ। ਦੇਖੋ ਜੀ,